हाँ जी, अज अस तुहानू दसा जी कणक दे भाव च घट्टो घट्ट समर्थन मुल, जिन्हों भाव MSP भी कह दें, उस 105 रुपए का वाधा किया गया सरकार वालों। तो तुम भी दसो ये कि झोने का तो लगभग 200 के करीब वधाया गया, कणक का भी कह रहे थे भी 200 रुपये के करीब भाव वधाया जाएगा, पर 105 रुपए का वाधा जिहड़ा किया गया। 1735 तो वध के कणक का भाव 1840 हो गया इस साल। ਅਤੇ ਹੋਰ ਵੀ ਕਈ ਚੀਜ਼ਾਂ ਦਾ ਜਿਹੜਾ MSP ਮੁੱਲ ਆ ਉਹ ਵਧਾਇਆ ਗਿਆ, ਜਿਵੇਂ ਕਿ ਸੂਰਜਮੁਖੀ ਦੇ MSP 'ਚ 845 ਰੁਪਏ, ਮਾਸਰ 'ਚ 225, ਛੋਲੇ 220, ਸਰੋਂ 200, ਅਤੇ ਜੌਂ ਆ ਜਿਹੜੇ ਉਹ ਸਿਰਫ 30 ਰੁਪਏ ਪ੍ਰਤੀ ਕੁਇੰਟਲ ਆ ਜਿਹੜਾ ਵਾਧਾ ਕੀਤਾ ਗਿਆ MSP ਮੁੱਲ 'ਚ। ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ, ਤਾਂ ਕਿ ਹੋਰ ਵੀ ਕਿਸਾਨ ਵੀਰਾਂ ਤੱਕ ਇਹ ਪਹੁੰਚ ਸਕੇ ਅਤੇ ਅੱਗੇ ਦੇ ਅੱਗੇ ਸਭ ਨੂੰ ਪਤਾ ਚੱਲ ਸਕੇ। ਅਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਭਾਅ ਜਾਇਜ਼ ਹੈ, ਜਿਵੇਂ ਯੂਰੀਆ, DAP ਅਤੇ ਸਪਰੇਆਂ ਦੇ ਜਿਹੜੇ ਖਰਚੇ ਆ ਉਹ ਵਧੇ ਹੈਗੇ, ਅਤੇ ਡੀਜ਼ਲ ਲਗਭਗ 80 ਦੇ ਕਰੀਬ ਹੋ ਗਿਆ, ਤਾਂ ਇਹ 100 ਰੁਪਏ ਨਾਲ ਸ਼ਾਇਦ ਇਹ ਘਾਟਾ ਭਾਅ ਘੱਟੋ ਘੱਟ 250 ਰੁਪਏ ਵਧਣਾ ਚਾਹੀਦਾ ਸੀ ਡੀਜ਼ਲ ਦੇ ਭਾਅ ਨੂੰ ਦੇਖ ਕੇ, ਜਾਂ ਫਿਰ ਡੀਜ਼ਲ 50 ਰੁਪਏ ਤੱਕ ਹੋਵੇ। ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ, ਸ਼ੇਅਰ ਜ਼ਰੂਰ ਕਰੋ ਜੀ ਆਪਣੇ ਕਿਸਾਨ ਵੀਰਾਂ ਨਾਲ। ਧੰਨਵਾਦ ਜੀ।